ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਝਣ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜ਼ਾ ਪੁਰਜ਼ਾ ਕਟ ਮਰੈ ਕਬੂ ਨਾ ਛਾਡੈ ਖੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੈਨ ਫਰਾਂਸਿਸਕੋ ਦੇ ਸਿਵਿਕ ਸੈਂਟਰ ਦੇ ਬਾਹਰ 5ਵੇਂ ਵਰੇ ਲਗਾਤਾਰਤਾ ਨਾਲ ਇਕੱਠੇ ਹੋਏ ਖਾਲਸਾ ਜੀ, ਜਦੋਂ ਅਸੀਂ ਨਗਾਰਾ 5 ਪਿਆਰਿਆਂ ਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਥੱਲੇ ਇਸ ਨੀਲੇ ਅਸਮਾਨ ਦੇ ਥੱਲੇ ਤੁਰਦੇ ਹੈ ਤੇ ਜ਼ਾਹਰ ਹੈ ਕਿ ਦੁਨੀਆ ਦੇ ਅੰਦਰ ਗੁਰੂ ਗ੍ਰੰਥ ਗੁਰੂ ਪੰਥ ਦਾ ਯੂਨੀਕ ਕਾਨਸੈਪਟ ਜਿਸ ਨੂੰ ਕਦੇ 4 ਸਦੀਆਂ ਪਹਿਲਾਂ ਜਹਾਂਗੀਰ ਨੇ ਤੌਜ਼ਕੇ ਜਹਾਂਗੀਰੀ ਵਿੱਚ ਦੁਕਾਨੇ ਬਾਤਲ ਕਹਿ ਕੇ ਸੱਚ ਦੀ ਇਸ ਗੱਲ ਦਾ ਮੁਜੱਸਮੇ ਨੂੰ ਦੁਕਾਨੇ ਬਾਤਲ ਝੂਠ ਦੀ ਦੁਕਾਨ ਕਿਹਾ ਸੀ ਤੇ ਜ਼ਾਹਰ ਹੈ ਕਿ ਇਹਨਾਂ 4 ਸਦੀਆਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਦਿੰਦੇ ਕਿ ਉਹ ਮੁਗਲੀਆ ਸਲਤਨਤ ਹੋਏ ਦਰਾ ਖੈਬਰ ਪਾਰ ਦੇ ਆਉਣ ਵਾਲੇ ਧਾੜਵੀ ਹੋਣ ਅੰਗਰੇਜ਼ ਬਸਤੀਵਾਦੀ ਹੋਣ ਜਾਂ ਅੱਜ ਦੇ ਬ੍ਰਾਹਮਣਵਾਦੀ ਹਿੰਦੂਤਵੀ ਹਾਕਮ ਹੋਣ ਇਹਨਾਂ ਦੇ ਨਾਪਾਕ ਇਰਾਦੇ ਇਹਨਾਂ ਦੇ ਮਾੜੇ ਮਨਸੂਬੇ ਇਹਨਾਂ ਦੀਆਂ ਜ਼ੁਲਮ ਦੀਆਂ ਨੀਤੀਆਂ ਇਸ ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੇ ਗੁਰੂ ਨਾਨਕ ਦੇ ਘਰ ਨੇ ਜਿਨ੍ਹਾਂ ਨੇ ਕਦੇ ਜ਼ੁਲਮ ਦੇ ਰੂਬਰੂ ਅਹਿਮਦਾਬਾਦ ਦੇ ਵਿੱਚ ਖਲੋ ਕੇ ਫਰਮਾਇਆ ਸੀ ਸੱਚ ਕੀ ਬਾਣੀ ਨਾਨਕ ਆਖੇ ਸੱਚ ਸੁਣਾਏ ਸੀ ਸੱਚ ਕੀ ਬੇਲਾ। 3 ਪਾਤਸ਼ਾਹੀਆਂ ਦੀ ਸਫ ਖਾਲਸੇ ਨੇ ਵਲੇਟੀ ਆ ਉਸ ਧਰਤੀ ਤੋਂ ਤੇ ਅੱਜ ਹਿੰਦੂ ਤਵੀ ਸਾਡੀ ਦਾੜ ਥੱਲੇ ਨੇ। ਜ਼ਾਹਰ ਹੈ ਅਸੀਂ ਜਦੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦੇ ਤੇ ਫਿਰ ਅਫਸਲ ਐਸਨ ਰੰਧਾਵੇ ਦੀ ਇਹ ਲਾਈਨ ਕਿ ਦੁਸ਼ਮਣਾ ਕੱਢ ਵਿਖਾਇਆ 5 ਸਦੀਆਂ ਦਾ ਵੈਰ, ਇਹ ਗੱਲ ਸਮਝਣ ਵਾਲੀ ਹੈ। ਔਰ ਤੁਹਾਡੀ ਸਾਰੀ ਮੈਨੇਜਮੈਂਟ ਸਮੁੱਚੇ ਕੈਲੀਫੋਰਨੀਆ ਦੇ ਗੁਰਦੁਆਰਾ ਸਾਹਿਬਾਨ ਦੀ ਵਧਾਈ ਦੀ ਹੱਕਦਾਰ ਹੈ ਕਿ ਤੁਸੀਂ ਜਿੱਥੇ ਜੂਨ ਦੇ ਮਹੀਨੇ ਨੂੰ ਚੁਣਿਆ 5ਵੇਂ ਪਾਤਸ਼ਾਹ ਦੇ ਸ਼ਹੀਦੀ ਦਿਨ ਨੂੰ ਯਾਦ ਕਰਦਿਆਂ ਨਗਰ ਕੀਰਤਨ ਲਈ, ਉੱਥੇ ਤੁਸੀਂ ਇਸ ਦਾ ਨਾਂ ਸੋਵਰਨਿਟੀ ਰੈਲੀ ਰੱਖਿਆ। ਮੇਰੇ ਪਿੱਛੇ ਲੱਗੇ ਬੈਨਰ ਦੇ ਉੱਤੇ ਜਿੱਥੇ ਸੋਵਰਨਿਟੀ ਰੈਲੀ ਦੇ ਸ਼ਬਦ ਨੇ, ਉੱਥੇ ਗੱਲ ਟਰੂਥ ਦੀ ਹੈ, ਗੱਲ ਜਸਟਿਸ ਦੀ ਹੈ, ਗੱਲ ਫਰੀਡਮ ਦੀ ਹੈ, ਗੱਲ ਟਰੂਥ ਸੱਚਾਈ ਇਹ ਆਧਾਰ ਹੈ। ਔਰ ਇਸ ਗੱਲ ਨੂੰ ਹੀ ਜਦੋਂ ਰਾਜ ਦੀ ਗੱਲ ਦੁਨੀਆ ਦੇ ਅੰਦਰ ਸੋਵਰਨਿਟੀ ਦੀ ਗੱਲ ਤੁਰਦੀ ਹੈ ਤੇ ਗੁਰਬਾਣੀ ਯਾਦ ਕਰਵਾਉਂਦੀ ਹੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮ ਦੇ। ਇਹ ਸੱਚ ਦਾ ਕਿਲ੍ਹਾ, ਇਹ ਸੱਚ ਦਾ ਕਿਲ੍ਹਾ ਜਿਸ ਦੀ ਨੀਂਹ ਬੜੀ ਪੁਖਤਾ ਹੈ, ਜਿਸ ਦੀ ਨੀਂਹ ਬੜੀ ਡੂੰਘੀ ਹੈ, ਜਿਸ ਦੀ ਨੀਂਹ ਬੜੀ ਮਜ਼ਬੂਤ ਹੈ, ਤੇ ਇਹ ਝੂਠ ਦੇ ਕਿਲ੍ਹਿਆਂ ਵਾਲੇ, ਇਹ ਝੂਠ ਦੀਆਂ ਦੁਕਾਨਾਂ ਵਾਲੇ, ਇਹ ਝੂਠ ਦੇ ਰਾਜਭਾਗ ਵਾਲੇ ਦਿੱਲੀ ਦੇ ਲਾਲ ਕਿਲ੍ਹੇ ਜਾਂ ਦਿੱਲੀ ਤਖ਼ਤ 'ਤੇ ਬੈਠ ਕੇ ਸੋਚਦੇ ਨੇ ਕਿ ਇਹਨਾਂ ਦੀ ਰਾਜ ਸ਼ਕਤੀ ਇਸ ਗੁਰੂ ਨਾਨਕ ਸਾਹਿਬ ਦੇ ਘਰ ਦੀ ਆਵਾਜ਼ ਨੂੰ ਦਬਾ ਦੇਗੀ। 3 ਪਾਤਸ਼ਾਹੀਆਂ ਨੇ ਇਹ ਭਰਮ ਪਾਲਿਆ ਤੇ ਇਤਿਹਾਸ ਦੇ ਘੱਟੇ ਵਿੱਚ ਗਵਾਚ ਗਏ ਹੈ। ਅੱਜ 4ਥੇ ਇਸ ਸਾਮਰਾਜ ਨੇ, ਔਰ ਇਸ ਗੱਲ ਦਾ ਧਿਆਨ ਰਹੇ, ਮੇਰੇ ਤੋਂ ਪਹਿਲਾਂ ਬੜੇ ਸੂਝਵਾਨ ਬੁਲਾਰਿਆਂ ਨੇ, ਵੀਰਾਂ ਨੇ ਸੰਗਤਾਂ ਨੂੰ ਐਡਰੈਸ ਕੀਤਾ। ਹਰ ਇੱਕ ਦਾ ਇੱਕ ਆਪਣਾ ਨਜ਼ਰੀਆ ਹੁੰਦਾ ਗੱਲ ਕਹਿਣ ਦਾ, ਪਰ ਇਸ ਗੱਲ ਦਾ ਜ਼ਰੂਰ ਧਿਆਨ ਰਹੇ ਕਿ ਜਦੋਂ ਅਸੀਂ ਇਤਿਹਾਸ ਦੇ ਮੋੜ ਦੀ ਗੱਲ ਕਰਦੇ, ਸਾਡੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਜੇ ਨੇ, ਬਹੁਤ ਸਾਰੇ ਸ਼ਾਇਦ ਨੇ ਕਿ ਜੇ ਇਵੇਂ ਹੋ ਜਾਂਦਾ, ਪਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ। ਜਦੋਂ ਅਸੀਂ 1846 ਦੀ ਪਹਿਲੀ ਉਸ ਜੰਗ ਦਾ ਜ਼ਿਕਰ ਕਰਦੇ, ਭਾਵੇਂ ਜਿਸ ਨੂੰ ਅੱਜ ਜੰਗਨਾਮਾ ਸਿੰਘਾਂ ਫਰੰਗੀਆਂ ਕਿਹਾ ਜਾਂਦਾ, ਪਰ ਜੇ ਤੁਸੀਂ ਉਸਦਾ ਮੂਲ ਨਾਂ ਦੇਖੋਗੇ ਤਾਂ ਉਹ ਜੰਗ ਹਿੰਦ ਪੰਜਾਬ ਹੈ। ਉਸਦਾ ਨਾਂ
ਸ਼ਾਹ ਮੁਹੰਮਦ ਨੇ ਜੰਗ ਹਿੰਦ ਪੰਜਾਬ ਰੱਖਿਆ ਔਰ ਜੇ ਅਸੀਂ ਉਸ ਜੰਗਨਾਮੇ ਦੇ ਵੇਰਵੇ ਦੇਖਦੇ ਹਾਂ ਦੋ ਥਾਂ ਤੇ ਬੜੀ ਸਪਸ਼ਟਤਾ ਦੇ ਨਾਲ ਇਸ ਦਾ ਜ਼ਿਕਰ ਹੈ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਦੋਵੇਂ ਪਾਤਸ਼ਾਹੀ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾਂ ਮਾਰੀਆਂ ਨੇ ਸ਼ਾਹ ਮੁਹੰਮਦ ਇੱਕ ਸਰਕਾਰ ਬਾਜੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਹੁਣ ਜ਼ਾਹਿਰ ਹੈ ਪਹਿਲੀ ਜੇ ਤੁੱਕ ਵੱਲ ਧਿਆਨ ਜਾਏ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ ਇੱਕ ਕਾਮਨ ਬੰਦਾ ਸੋਚੇਗਾ ਕਿ ਅੰਗਰੇਜ਼ਾਂ ਨੇ ਜਿਨ੍ਹਾਂ ਨੇ ਬਾਕੀ ਸਾਰਾ ਦੇਸ਼ ਲਾਲ ਕਰ ਲਿਆ ਰੈੱਡ ਮੈਪ ਹੈ ਪੰਜਾਬ ਦੀ ਅਖੀਰਲੀ ਪਾਤਸ਼ਾਹੀ ਨੂੰ ਉਹ ਹੜੱਪਣਾ ਚਾਹੁੰਦੇ ਨੇ ਅਤੇ ਇਹ ਜੰਗ ਹਿੰਦ ਪੰਜਾਬ ਕਿਵੇਂ ਹੋਇਆ ਅਤੇ ਫਿਰ ਸ਼ਾਹ ਮੁਹੰਮਦ ਕੋਈ ਭੁਲੇਖਾ ਨਹੀਂ ਰਹਿਣ ਦਿੰਦਾ ਜਦੋਂ ਇੱਕ ਹੋਰ ਬੰਦ ਦੇ ਵਿੱਚੋਂ ਕਹਿੰਦੇ ਕਿ ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ ਹੁਕਮ ਲਾਟ ਕੀਤਾ ਲਸ਼ਕਰ ਆਪਣੇ ਨੂੰ ਤੁਸਾਂ ਲਾਜ ਅੰਗਰੇਜ਼ ਦੀ ਰੱਖਣੀ ਜੀ ਸਿੰਘਾਂ ਮਾਰ ਕੇ ਕਟਕ ਮੁਕਾਏ ਦਿੱਤੇ ਹਿੰਦੁਸਤਾਨੀ ਪੂਰਬੀ ਦੱਖਣੀ ਜੀ ਲੰਡਨ ਟਾਪੂਆਂ ਅੰਦਰ ਕੁਰਲਾਟ ਹੋਇਆ ਕੁਰਸੀ 4000 ਹੈ ਸੱਖਣੀ ਜੀ ਸ਼ਾਹ ਮੁਹੰਮਦਾ ਤੁਸੀਂ ਪੰਜਾਬੀ ਹੋ ਜੀ ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ ਹੁਣ ਜ਼ਾਹਿਰ ਹੈ ਕਿ 1846 ਦੇ ਵਿੱਚ ਇਹੀ ਹਿੰਦੁਸਤਾਨੀ ਇਹੀ ਪੂਰਬੀ ਇਹੀ ਦੱਖਣੀ ਪੰਜਾਬ ਦੇ ਉੱਤੇ ਹਮਲਾਵਰ ਸਨ ਅਤੇ ਸਿੰਘ ਸਿਪਾਹੀ ਨੇ ਸੱਚਮੁੱਚ ਜੇ ਸ਼ਾਹ ਮੁਹੰਮਦ ਨੇ ਵੰਗਾਰ ਪਾਈ ਸੀ ਕਿ ਸਿੰਘ ਸਿਪਾਹੀ ਦੀ ਕੀਰਤ ਰਹਿਣੀ ਚਾਹੀਦੀ ਹੈ ਉਸ ਦੀ ਵਡਿਆਈ ਕਾਇਮ ਰਹਿਣੀ ਚਾਹੀਦੀ ਹੈ ਅਤੇ 1846 ਉਹ ਸਰਦਾਰ ਸ਼ਾਮ ਸਿੰਘ ਅਟਾਰੀ ਵਾਲਾ ਹੋਏ ਉਹ ਖਾਲਸੇ ਦੀਆਂ ਫੌਜਾਂ ਹੋਣ ਉਹਨਾਂ ਨੇ ਦੱਸ ਦਿੱਤਾ ਕਿ ਕਬੂ ਨਾ ਛਾਡੇ ਖੇਤ ਦਾ ਮਤਲਬ ਕੀ ਹੈ ਜਦੋਂ ਅਸੀਂ 34 ਵਰੇ ਪਹਿਲਾਂ ਵੱਲ ਧਿਆਨ ਦਿੰਦੇ ਦੁਸ਼ਮਣ ਨੇ ਬਿਲਕੁਲ ਗਿਣ ਮਿੱਥ ਕੇ ਇਸ ਦਿਨ ਨੂੰ ਚੁਣਿਆ ਸਿੱਖ ਕੌਮ ਦੇ ਅੰਦਰ ਸ਼ਹੀਦੀ ਦਾ ਸਫ਼ਰ ਸ਼ਹੀਦਾਂ ਦੇ ਸਰਤਾਜ ਦੀ ਸ਼ਹਾਦਤ ਦੇ ਨਾਲ ਸ਼ੁਰੂ ਹੁੰਦੇ ਔਰ ਉਸ ਦਿਨ ਨੂੰ ਚੁਣਨਾ 37 ਇਤਿਹਾਸਕ ਗੁਰਦੁਆਰਿਆਂ 'ਤੇ ਟੈਂਕਾਂ ਤੋਪਾਂ ਨਾਲ ਹਮਲਾ ਅਤੇ ਇੱਧਰ ਜੇ ਅਸੀਂ ਕੀਰਤ ਸਿੰਘ ਸਿਪਾਹੀ ਦੀ ਗੱਲ ਕਰੀਏ ਚਮਕੌਰ ਦੀ ਕੱਚੀ ਗੜੀ ਦੇ ਇਤਿਹਾਸ ਨੂੰ 20ਵੀਂ ਸਦੀ 'ਚ ਦੁਹਰਾਉਣ ਦੀ ਗੱਲ ਕਰੀਏ ਅਤੇ ਫਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜਨਰਲ ਸੁਬੇਕ ਸਿੰਘ ਭਾਈ ਅਮਰੀਕ ਸਿੰਘ ਅਤੇ ਉਹਨਾਂ ਦੇ 2-3 ਦਰਜਨ ਸਾਥੀ ਸਿੰਘ ਜਿਨ੍ਹਾਂ ਨੇ ਉਹ ਕਰ ਵਿਖਾਇਆ ਕਿ ਦੁਸ਼ਮਣ ਦਾ ਜਰਨੈਲ ਇਹ ਕਹਿਣ 'ਤੇ ਮਜਬੂਰ ਹੋਇਆ ਗਿਵਿੰਗ ਦਾ ਐਡਵਰਸਰੀ ਹਿਜ਼ ਡਿਊ ਦੇ ਫੌਟ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ ਜ਼ਾਹਿਰ ਹੈ ਉਹਨਾਂ ਦੀ ਬਹਾਦਰੀ ਖਾਲਸੇ ਦੀ ਬਹਾਦਰੀ ਦੀ ਧਾਕ ਹੈ ਕਿਵੇਂ ਉਹ ਜੂਝੇ ਅਖੀਰਲੇ ਸਾਹ ਅਤੇ ਅਖੀਰਲੀ ਗੋਲੀ ਤੱਕ ਅਤੇ ਉਹਨਾਂ ਨੇ ਉਹ ਇਤਿਹਾਸ ਦੇ ਮੋੜ ਨੂੰ 47 ਦਾ ਜ਼ਿਕਰ ਹੋਇਆ ਮੈਂ ਸਮਝਦਾ ਕਿ ਹਰ ਕੋਈ ਆਪਣੇ ਢੰਗ ਨਾਲ ਦੇਖਣ ਦੀ ਕੋਸ਼ਿਸ਼ ਕਰਦੇ ਪਰ ਜੇ 20ਵੀਂ ਸਦੀ ਦੇ ਇਤਿਹਾਸ ਨੂੰ ਅੰਗਰੇਜ਼ੀ ਰਾਜ ਔਰ ਹਿੰਦੂ ਰਾਜ ਦੀ ਟ੍ਰਾਂਸਫਰ ਤੱਕ ਦੇਖਣੇ ਅਤੇ ਸਭ ਤੋਂ ਵੱਡੀ ਟੈਸਟੀਮਨੀ ਕੋਈ ਸਿੰਗਲ ਟੈਸਟੀਮਨੀ ਹੈ ਅਤੇ ਉਹ ਸਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਦੇ ਕਰਤਾ ਸਾਚੀ ਸਾਖੀ 'ਚ ਉਹਨਾਂ ਨੇ 6 ਮੌਕੇ ਦਿੱਤੇ ਨੇ ਵਿਦ ਫੈਕਟਸ ਕਿ ਕਿਵੇਂ ਸਾਡੀ ਜਾਲ ਅਕਾਲੀ ਲੀਡਰਸ਼ਿਪ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਬਦ ਦਿਆਨਤ ਸੀ ਕੋਈ ਜਾਂ ਅਕਲ ਦਾ ਅੰਨਾ ਸੀ ਐਂਡ ਰਿਜ਼ਲਟ ਇੱਕੋ ਹੀ ਹੈ ਔਰ ਐਂਡ ਰਿਜ਼ਲਟ ਇਹ ਸੀ ਕਿ ਅਸੀਂ ਉਹਨਾਂ ਦੀ ਕੈਦ ਵਿੱਚ ਪਏ ਜਿਨ੍ਹਾਂ ਨੇ ਜੂਨ ਦੇ ਪਹਿਲੇ ਹਫ਼ਤੇ ਹੀ 5 ਸਦੀਆਂ ਦਾ ਵੈਰ ਨਹੀਂ ਕਮਾਇਆ ਉਹਨਾਂ ਨੇ 10 ਅਕਤੂਬਰ 1947 ਨੂੰ ਹੀ ਪਹਿਲਾ ਸਰਕੂਲਰ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਣ ਵਾਲਾ ਜਿਹੜਾ ਉਹ ਕੱਢਿਆ 16-17 ਸਾਲ ਦੀ ਨੌਕਰੀ ਵਾਲੇ ਸਰਦਾਰ ਕਪੂਰ ਸਿੰਘ ਜਿਹੜੇ ਡਿਸਟ੍ਰਿਕਟ ਕਾਂਗੜਾ ਦੇ ICS ਆਫਿਸਰ ਸਨ ਉਹਨਾਂ ਨੇ ਇਤਰਾਜ਼ ਕੀਤਾ ਮੁੜ ਕੇ ਨਤੀਜਾ ਕੀ ਹੋਇਆ ਉਹਨਾਂ ਦੇ ਸ਼ਬਦਾਂ 'ਚ ਹੀ ਮੁਲਕ ਹਿੰਦੂ ਕਾ ਰਾਜ ਤਿਕੜੀ ਕਾ ਗੁਰੂ ਰਾਖਾ ਪਾਈ ਸਿੱਖੜੇ ਕਾ ਉਹ ਤਿਕੜੀ ਨਹਿਰੂ ਪਟੇਲ ਚੰਦੂ ਲਾਲ ਤ੍ਰਿਵੇਦੀ ਦੀ ਸੀ ਅੱਜ ਉਹ ਤਿਕੜੀ ਨਰਿੰਦਰ ਮੋਦੀ ਅਰੁਣ ਜੇਤਲੀ ਰਾਜਨਾਥ ਜਾਂ ਇਹ ਸ਼ੋ ਬੋਏ ਪਟਿਆਲੇ ਵਾਲੇ ਆਲੇ ਦੀ ਗੱਦਾਰ ਔਲਾਦ ਅਮਰਿੰਦਰ ਹੋਏ ਇਹ ਸਿਰਫ ਪਾਤਰ ਬਦਲੇ ਨੇ ਨਾਂ ਬਦਲੇ ਨੇ
ਇਹ ਲਗਾਤਾਰਤਾ ਦੇ ਨਾਲ ਉਹ ਦੁਹਰਾਏ ਔਰ ਇਸ ਗੱਲ ਵੱਲ ਹੁਣ ਧਿਆਨ ਦੇਣ ਦੀ ਲੋੜ ਹੈ ਜਿਸ ਗੱਲ ਦੇ ਉੱਤੇ ਫੋਕਸ ਹੋਣਾ ਚਾਹੀਦਾ। ਭਾਈ ਗੁਰਦਾਸ ਜੀ ਯਾਦ ਕਰਵਾਉਂਦੇ ਨੇ ਕਿਸ ਉੱਦਮ ਤੇ ਰਾਜ ਮਿਲੇ ਸ਼ਤਰੂ ਤੇ ਸਭ ਹੋਵੇ ਮੀਤਾ। ਇਹ ਬੋਟਮ ਲਾਈਨ ਹੈ ਕਿ ਉਹ ਕਿਹੜਾ ਉੱਦਮ ਕੀਤਾ ਜਾਏ, ਕਿਹੜਾ ਯਤਨ ਕੀਤਾ ਜਾਏ, ਕਿਹੜੀ ਸਟ੍ਰੈਟਜੀ ਹੋਏ, ਕਿਹੜੀ ਵਿਉਂਤਬੱਧੀ ਹੋਏ ਜਿਸ ਦੇ ਨਾਲ ਰਾਜ ਸ਼ਕਤੀ ਹਾਸਲ ਹੋਏ। ਔਰ ਮਾਸਟਰ ਤਾਰਾ ਸਿੰਘ ਦੀ ਆਪਣੀ ਆਟੋਬਾਇਓਗ੍ਰਾਫੀ ਡਿਜੀਟਲ ਪੰਜਾਬ ਦੀ ਲਾਇਬ੍ਰੇਰੀ 'ਤੇ ਜਾ ਕੇ ਦੇਖੀ ਜਾ ਸਕਦੀ ਹੈ, ਜਿਹਦੇ 'ਚ ਉਹਨੇ ਖੁਦ ਐਕਸੈਪਟ ਕੀਤਾ ਕਿ ਮੈਨੂੰ ਪਤਾ ਹੀ ਨਹੀਂ ਸੀ ਜਦੋਂ ਇਜ਼ਰਾਈਲ ਬਣਿਆ ਉਦੋਂ ਇਸ ਗੱਲ ਦੀ ਸਮਝ ਆਈ ਕਿ ਇਲਾਕਾ ਪਹਿਲਾਂ ਮੰਗਿਆ ਜਾ ਸਕਦਾ, ਲੋਕ ਬਾਅਦ 'ਚ ਆ ਕੇ ਵੀ ਉੱਥੇ ਮੂਵ ਕਰ ਸਕਦੇ ਨੇ। ਸੋ ਉਸ ਦੌਰ ਬਾਰੇ, 47 ਦੇ ਦੌਰ ਬਾਰੇ ਤਾਂ ਇਹ ਉਰਦੂ ਦਾ ਸ਼ੇਅਰ ਮੈਂ ਅਕਸਰ ਦੁਹਰਾਉਂਦਾ ਕਿ ਵੋ ਵਕਤ ਵੀ ਦੇਖਾ ਤਾਰੀਖ ਕੀ ਘੜੀਓ ਨੇ ਜਬ ਲਮਹੋ ਨੇ ਖਤਾ ਕੀ ਸਦੀਓ ਨੇ ਸਜ਼ਾ ਪਾਈ। ਔਰ 37 ਸਾਲ ਬਾਅਦ ਸਾਨੂੰ ਇਹਨਾਂ ਚੰਦੂ ਗੰਗੂ ਬਾਈਤਾਰ ਦੇ ਪਹਾੜੀ ਰਾਜੇ ਲੱਖੂ ਜੱਸੂ ਦੀ ਔਲਾਦ ਨੇ ਕਿਸ ਕਦਰ ਇਹਨਾਂ 34 ਵਰ੍ਹਿਆਂ ਦੇ ਵਿੱਚ, ਪਹਿਲਾ ਹਫ਼ਤਾ ਜੂਨ ਦਾ ਡੈਕਲਾਰੇਸ਼ਨ ਸੀ ਵਾਰ ਦੀ, ਟੋਟਲ ਵਾਰ, ਟੋਟਲ ਡਿਸਟਰਕਸ਼ਨ, ਇਕੱਲੀ ਫਿਜ਼ੀਕਲ ਨਹੀਂ। ਜੇ ਅਸੀਂ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਗੱਲ ਕਰਦੇ ਹਾਂ, ਅੱਜ ਵੀ 34 ਸਾਲ ਬੀਤਣ ਬਾਅਦ ਵੀ ਜਾਰਜ ਫਰਨੈਂਡਿਜ਼ ਐਜ਼ ਏ ਡਿਫੈਂਸ ਮਿਨਿਸਟਰ ਮੰਨਦਾ ਪਾਰਲੀਮੈਂਟ ਦੇ ਵਿੱਚ ਕਿ ਸਾਡੀ ਫੌਜ ਦੇ ਕੋਲ ਹੈ ਜੋ ਅਸੀਂ ਲੁੱਟ ਕੇ ਲਿਆਏ ਹੈ, ਤਰਲੇ ਕਰ ਲਏ, ਮਤੇ ਪਾਸ ਕਰਨ ਤੱਕ ਹੀ ਰਿਹਾ ਸਭ ਕੁਝ ਅਕਾਲੀਆਂ ਦਾ, ਅੱਜ ਵੀ ਉਹ ਸਾਡਾ ਖਜ਼ਾਨਾ ਉਹਨਾਂ ਦੇ ਕੋਲ ਹੈ। ਔਰ ਕਿਸ ਕਦਰ ਮਿਸਇਨਫੋਰਮੇਸ਼ਨ ਕੈਂਪੇਨ, ਅੱਜ ਪੰਜਾਬ 'ਚ ਸਕੂਲ ਟੈਕਸਟ ਬੁੱਕਸ ਦਾ ਮੁੱਦਾ ਸਾਹਮਣੇ ਆਇਆ, 11ਵੀਂ 12ਵੀਂ ਦੇ ਸਟੂਡੈਂਟਸ ਨੂੰ ਕੀ ਪੜ੍ਹਾਇਆ ਜਾ ਰਿਹਾ। 2 ਦਿਨ ਪਹਿਲਾਂ ਜਿਹੜੀ ਕਮੇਟੀ ਬਣਾਈ ਗਈ ਉਹਨਾਂ ਨੇ ਕਿਹਾ ਜੀ ਇਹ ਵਿਦਡਰਾ ਕਰ ਲਓ। ਅੱਜ ਹੋਰ ਸਾਡੇ ਨਾਲ ਕੀ ਰਿਹਾ, ਮੇਘਾਲਿਆ ਸ਼ਿਲੋਂਗ, ਅੰਗਰੇਜ਼ਾਂ ਨੇ ਆਪਣੇ ਜ਼ਮਾਨੇ 'ਚ ਬਹੁਤ ਸਾਰੇ ਹਿੱਲ ਸਟੇਸ਼ਨ ਡਿਵੈਲਪ ਕੀਤੇ, ਸ਼ਿਮਲਾ, ਡਲਹੌਜ਼ੀ, ਧਰਮਸ਼ਾਲਾ, ਐਬਟਾਬਾਦ, ਮਰੀ, ਨੈਨੀਤਾਲ ਅਤੇ ਸ਼ਿਲੋਂਗ। ਇਹ ਉਹ ਪੀਰੀਅਡ ਸੀ ਕਿ 20ਵੀਂ ਸਦੀ ਦੀ ਬਿਗਨਿੰਗ 'ਚ ਮਾਝੇ 'ਚੋਂ ਗਰੀਬ ਸਿੱਖ, ਦਲਿਤ ਸਿੱਖ, ਕਿਉਂਕਿ ਉਦੋਂ ਅਜੇ ਫਲੱਸ਼ ਸਿਸਟਮ ਨਹੀਂ ਸਨ, ਕੋਈ ਨਵੀਂ ਟੈਕਨੋਲੋਜੀ ਨਹੀਂ ਸੀ, ਉਹਨਾਂ ਨੂੰ ਜਾ ਕੇ ਉੱਥੇ ਆਬਾਦ ਕੀਤਾ ਗਿਆ। 150 ਸਾਲ ਤੋਂ ਜ਼ਿਆਦਾ ਸਮੇਂ ਤੋਂ ਉੱਥੇ ਰਹਿ ਰਹੇ ਨੇ। ਤੁਸੀਂ ਪਿਛਲੇ ਹਫ਼ਤੇ ਦੀਆਂ ਖਬਰਾਂ 'ਚ ਦੇਖਿਆ ਹੋਏਗਾ ਕਿ ਕਿਵੇਂ ਉਹਨਾਂ ਦੇ ਉੱਤੇ ਲਗਾਤਾਰਤਾ ਦੇ ਨਾਲ ਹਮਲੇ ਹੋਏ, ਕਿਵੇਂ ਅੱਜ ਨੌਰਥ ਈਸਟ ਦੀਆਂ 7 ਚੋਂ 6 ਸਟੇਟਾਂ ਦੇ ਵਿੱਚ BJP ਦੀ ਹਕੂਮਤ ਹੈ, ਭਾਰਤ ਦੀਆਂ 25 ਸਟੇਟਾਂ 'ਚੋਂ 21 ਸਟੇਟਾਂ 'ਚ BJP ਦੀ ਹਕੂਮਤ ਹੈ। ਔਰ ਉਹਨਾਂ ਨੇ ਇਹ ਮਿੱਥਿਆ ਹੋਇਆ, ਕਿਸੇ ਨੂੰ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ, ਕਾਂਗਰਸ ਨੇ ਤਾਂ ਸੈਕੂਲਰਿਜ਼ਮ ਦਾ ਲਬਾਦਾ ਪਾਇਆ ਹੋਇਆ ਸੀ, ਬੁਰਕਾ ਪਾਇਆ ਹੋਇਆ ਸੀ, ਲੇਕਿਨ ਇਹਨਾਂ ਦਾ ਨਿਸ਼ਾਨਾ ਤਾਂ ਹਿੰਦੂ ਹੀ ਹਿੰਦੀ ਹਿੰਦੁਸਤਾਨ ਦੇ ਥੱਲੇ ਪਹਿਲੇ ਦਿਨ ਤੋਂ ਬਿਲਕੁਲ ਕਲੀਅਰ ਹੈ, ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਉਹ ਤਾਲ ਕਟੋਰਾ ਸਟੇਡੀਅਮ 'ਚ RSS ਦਾ ਸਮਾਗਮ ਹੋਏ ਆ ਪਿਛਲੇ ਦਿਨਾਂ 'ਚ, ਇੱਕ ਪਾਸੇ ਉਸ ਕਿਸਮ ਦੀ ਜ਼ਲਾਲਤ ਦੀ ਗੱਲ ਹੈ, ਕਿਹਨਾਂ ਦੀ ਗੱਲ ਕਰੀਏ ਜਦੋਂ ਬਾਦਲ ਕੋੜਵੇਂ ਦੀ ਗੱਲ ਹੁੰਦੀ ਹੈ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਇਹ ਸ਼ਬਦ ਨੇ ਕਿ ਇਸ ਦੀ ਪਤਲੂਨ ਲੋ ਆ ਕੇ ਦੇਖੋ, ਇਸ ਦੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ। ਅੱਜ ਕਿਸ ਕਦਰ ਅਸੀਂ ਜ਼ਲਾਲਤ ਨੂੰ ਐਕਸੈਪਟ ਕਰ ਰਹੇ ਹਾਂ ਉਸ ਖਿੱਤੇ ਦੇ ਵਿੱਚ। ਔਰੰਗਜ਼ੇਬ ਵੱਲੋਂ ਜਜ਼ੀਆ ਲਾਉਣ ਦੀ ਗੱਲ ਅੱਜ ਵੀ ਸਾਡੇ ਢਾਡੀ ਕਵੀਸ਼ਰ ਵਿਚਾਰਕ ਸੁਣਾਉਂਦੇ ਨੇ, ਸਾਡੇ ਲੰਗਰ ਦੇ ਉੱਤੇ ਜਜ਼ੀਆ ਲਾਉਣਾ, GST ਜਜ਼ੀਆ ਸਿੱਧੇ ਤੌਰ ਦੇ ਉੱਤੇ, ਜਿਸ ਗੁਰੂ ਰਾਮਦਾਸ ਜੀ ਦੇ ਲੰਗਰ 'ਚ ਰੋਜ਼ਾਨਾ 1 ਲੱਖ ਲੋਕ ਬਿਨਾਂ ਜ਼ਾਤ, ਰੰਗ, ਨਸਲ, ਧਰਮ, ਜੈਂਡਰ ਦੇ ਵਿਤਕਰੇ ਦੇ ਪ੍ਰਸ਼ਾਦਾ ਛਕਦੇ ਨੇ। ਔਰ ਭਾਰਤ ਭਰ ਦੇ ਗੁਰਦੁਆਰੇ, ਔਰ ਮੇਰੇ ਮਨ 'ਚ ਖਿਆਲ ਆਇਆ, ਮੈਂ ਕਿਹਾ NDTV ਦਾ ਬੜਾ ਅੱਛਾ ਐਂਕਰ ਰਵੀਸ਼ ਕੁਮਾਰ ਜਿਹੜਾ ਇਹਨਾਂ ਨੂੰ ਅਕਸਰ ਐਕਸਪੋਜ਼ ਕਰਦੇ, ਉਹਨੇ ਇੱਕ ਵਾਰ ਬੰਗਲਾ ਸਾਹਿਬ ਦੇ ਲੰਗਰ 'ਤੇ ਇੱਕ ਪੂਰੀ ਸਟੋਰੀ ਕੀਤੀ ਤਾਂ ਉਹਨੇ ਕਿਹਾ ਕਿ ਇਹ BJP ਬੇਸ਼ੱਕ ਭਾਰਤ ਨੂੰ ਭੁੱਖਾ ਮਾਰਨਾ ਚਾਹੁੰਦਾ, ਮਾਰ ਦੇਣਗੀਆਂ ਇਹਨਾਂ ਦੀਆਂ ਨੀਤੀਆਂ,
ਪਰ ਸਿੱਖ ਇਹਨਾਂ ਨੂੰ ਭੁੱਖੇ ਨਹੀਂ ਮਰਨ ਦੇਣਗੇ ਜੇ ਲੋਕਤੰਤਰ ਦੇਖਣਾ ਜੇ ਦੇਖਣਾ ਫਿਊਚਰ ਕੀ ਹੈ ਤੇ ਸਿੱਖਾਂ ਦੇ ਗੁਰਦੁਆਰਿਆਂ 'ਚ ਦੇਖੋ ਔਰ ਮੈਂ ਉਸ ਤੋਂ ਬਾਅਦ ਕਿਹਾ ਮੈਂ ਕਿਹਾ ਜੀ ਇਹ ਇਹਨਾਂ ਨੇ ਲੰਗਰ ਦੇ ਉੱਤੇ ਜਜ਼ੀਆ ਲਾ ਦਿੱਤਾ ਕਿ ਜੀ ਅਸੀਂ ਮਾਰਨਾ ਹੀ ਮਾਰਨਾ ਭੁੱਖੇ ਇਹਨਾਂ ਨੂੰ ਕਿਵੇਂ ਇਹ ਖਵਾ ਲੈਣਗੇ ਤੇ ਜਿਸ ਕਦਰ ਜ਼ਲਾਲਤ ਜੇ ਹੁਣ ਉਹਨਾਂ ਨੇ 332 ਕਰੋੜ ਰੱਖਿਆ ਸਰਵ ਭੋਜ ਯੋਜਨਾ ਔਰ ਕਿਵੇਂ ਉਹ ਹਰਸਿਮਰਤ ਬਾਦਲ ਹੋਏ ਸੁਖਬੀਰ ਹੋਏ ਪ੍ਰਕਾਸ਼ ਹੋਏ ਅੱਡੀਆਂ ਚੁੱਕ ਚੁੱਕ ਕੇ ਥੈਂਕ ਯੂ ਕਰ ਰਹੇ ਨੇ ਡੈਲੀਗੇਸ਼ਨ ਲੈ ਕੇ ਗਏ ਜੀ ਤੁਸੀਂ ਤੁਹਾਡੀ ਬੜੀ ਮਿਹਰਬਾਨੀ ਤੁਸੀਂ ਸਰਵ ਭੋਜ ਯੋਜਨਾ ਦੇ ਥੱਲੇ ਸਾਨੂੰ ਇਹ ਰਾਹਤ ਦੇ ਦਿੱਤੀ ਹੈ ਕਿੱਥੇ ਕਦੇ ਅਕਬਰ ਜੇ ਜਗੀਰ ਦੇਣਾ ਚਾਹੁੰਦਾ ਹੈ ਕਿ ਲੰਗਰ ਚੱਲੇ ਗੁਰੂ ਅਮਰਦਾਸ ਜੀ ਨੇ ਫਰਮਾਇਆ ਨਹੀਂ ਇਹ ਆਮ ਸਿੱਖ ਸੰਗਤ ਦੀ ਕਿਰਤ ਕਮਾਈ ਦੇ ਨਾਲ ਹੀ ਲੰਗਰ ਚੱਲਦੇ ਨੇ ਇਹ ਇੱਕ ਪਾਸੇ ਦੀ ਉਸ ਵਿਕਾਊ ਮਾਲ ਲੀਡਰਸ਼ਿਪ ਦਾ ਹਾਲ ਹੈ ਪਰ 5 ਮਿਲੀਅਨ ਸਿੱਖ ਡਾਇਸਪੋਰ ਜਦੋਂ ਅਸੀਂ ਆਪਣੀ ਤਾਕਤ ਦੀ ਗੱਲ ਕਰਦੇ ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਹੈ ਕਿ ਜਿਨ੍ਹਾਂ ਹਿੰਦੂ ਤਵੀਆਂ ਨਾਲ ਅੱਜ ਸਾਡਾ ਵਾਹ ਹੈ ਇਹ ਮੁਗਲਾਂ ਤੋਂ ਵੱਧ ਜ਼ਾਲਮ ਨੇ ਅੰਗਰੇਜ਼ਾਂ ਤੋਂ ਵੱਧ ਚਲਾਕ ਨੇ ਪਰ ਅੱਜ ਸਿੱਖ ਡਾਇਸਪੋਰਾ 5 ਮਿਲੀਅਨ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਜਿਨ੍ਹਾਂ ਨੇ ਆਪਣੀ ਜ਼ਮੀਰ ਨਹੀਂ ਵੇਚੀ ਹੋਈ ਔਰ ਇੱਕ ਗੱਲ ਦਾ ਜ਼ਰੂਰ ਧਿਆਨ ਰਹੇ ਸੰਤ ਪਿੰਡਰਾਂ ਵਾਲਿਆਂ ਦੇ ਇਹ ਸ਼ਬਦ ਸਾਨੂੰ ਹਮੇਸ਼ਾ ਹੌਂਟ ਕਰਨੇ ਚਾਹੀਦੇ ਨੇ ਜਿਹਦੇ 'ਚ ਉਹਨਾਂ ਨੇ ਫਰਮਾਇਆ ਜੇ ਅਣਖ ਨਾਲ ਜਿਉਣੇ ਤਾਂ ਲੜਨਾ ਪਵੇਗਾ ਇਸ ਗੱਲ ਬਾਰੇ ਕੋਈ ਭੁਲੇਖਾ ਨਹੀਂ ਹੈ ਸਾਰੇ ਹੀ ਤਰੀਕੇ ਚੰਗੇ ਨੇ ਰੈਫਰੈਂਡਮ 2026 ਫਾਰ ਜਸਟਿਸ ਮੈਂ ਹਮੇਸ਼ਾ ਐਪਰੀਸ਼ੀਏਟ ਕਰਦੇ ਕਿ ਜੀ ਜਿਹੜੇ ਖਾਲਿਸਤਾਨ ਸ਼ਬਦ ਤੋਂ ਡਰਨ ਲੱਗ ਗਏ ਸਨ ਜਾਂ ਨਵੀਂ ਜਨਰੇਸ਼ਨ ਨੂੰ ਜਿਨ੍ਹਾਂ ਦੀਆਂ ਜੂਗਰੈਫੀਕਲ ਰੂਟਸ ਨਹੀਂ ਨੇ ਸਮਝ ਨਹੀਂ ਸੀ ਆਉਂਦਾ ਇੱਕ ਜ਼ਬਰਦਸਤ ਅਵੇਅਰਨੈਸ ਕੈਂਪੇਨ ਹੈ ਜਿਹਨੇ ਦੱਸ ਦਿੱਤੇ ਕਿ ਜਦੋਂ ਅਸੀਂ ਖਾਲਿਸਤਾਨ ਮੰਗਦੇ ਹਾਂ ਜਦੋਂ ਅਸੀਂ ਇੰਡੀਅਨ ਆਕੂਪੇਸ਼ਨ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਾਂ ਤਾਂ ਅਸੀਂ ਇੰਟਰਨੈਸ਼ਨਲ ਲਾਅ UN ਚਾਰਟਰ ਆਫ ਹਿਊਮਨ ਰਾਈਟਸ ਇੰਟਰਨੈਸ਼ਨਲ ਕੋਵੈਨੈਂਟਸ ਉਹਨਾਂ ਦੇ ਮੁਤਾਬਕ ਹੀ ਇਹ ਸਾਡੀ ਸਟਰਗਲ ਹੈ ਇਸੇ ਤਰ੍ਹਾਂ ਜਿਹੜਾ ਜਿੱਥੇ ਜੋ ਵੀ ਕੰਮ ਕਰ ਰਿਹਾ ਮੈਂ ਅਕਸਰ ਇਹ ਦੁਹਰਾਉਂਦਾ ਕਿ ਸਾਡੇ ਸਾਹਮਣੇ ਅਨੰਦਪੁਰ ਸਾਹਿਬ ਦਾ ਮਾਡਲ ਹੋਏ ਭਾਈ ਨੰਦ ਲਾਲ ਜੀ ਕਲਮ ਚੁੱਕੀ ਹੈ ਉਹਨਾਂ ਨੇ ਉਹ ਵੀ ਆਪਣੇ ਪਿਆਰੇ ਪ੍ਰੀਤਮ ਨੂੰ ਰਿਝਾ ਰਹੇ ਨੇ ਭਾਈ ਕਨ੍ਹਈਆ ਜੀ ਪਾਣੀ ਦੀ ਮਸ਼ਕ ਨਾਲ 10ਵੇਂ ਪਾਤਸ਼ਾਹ ਤੋਂ ਮਲਮ ਦੀ ਉਸ ਗਿਫਟ ਨੂੰ ਲੈਂਦੇ ਨੇ ਦੁਸ਼ਮਣ ਤੇ ਸੱਜਣ ਹਰ ਇੱਕ ਦੀ ਸੇਵਾ ਵਿੱਚ ਜੁਟੇ ਹੋਏ ਨੇ ਪਰ ਭਾਈ ਬਚਿੱਤਰ ਸਿੰਘ ਉਸ ਨਾਗਣੀ ਬਰਛੇ ਦੇ ਨਾਲ ਗੁਲਾਮੀ ਦੇ ਸੰਗਲ ਕੱਟ ਰਹੇ ਨੇ ਸਾਰੇ ਹੀ ਪਿਆਰੇ ਨੂੰ ਰਿਝਾਉਣ ਦੀ ਗੱਲ ਹੈ ਪਰ ਅੱਜ ਸਾਡੇ ਸਾਹਮਣੇ ਇੱਕੋ ਇੱਕ ਨਿਸ਼ਾਨਾ ਔਰ ਇੱਕੋ ਇੱਕ ਸਾਡੇ ਸਾਹਮਣੇ ਬੀ ਔਰ ਨੋਟ ਟੂ ਬੀ ਜਿਹਨੂੰ ਕਹਿੰਦੇ ਨੇ ਕਿ ਅਸੀਂ ਸਰਵਾਈਵ ਕਰਨਾ ਹੈ ਭਾਰਤ ਦੇ ਖਿੱਤੇ 'ਚ ਕਿ ਨਹੀਂ ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ 200 ਮਿਲੀਅਨ ਮੁਸਲਮਾਨ ਭਾਰਤ ਦੇ ਨਕਸ਼ੇ ਦਾ ਉਹਨਾਂ ਨੇ ਗੋਡਿਆਂ ਪਰਨੇ ਕਰ ਲਏ 30 ਮਿਲੀਅਨ ਈਸਾਈ ਗੋਡਿਆਂ ਪਰਨੇ ਨੇ ਦਲਿਤ ਖਲੋਤੇ ਉਹ ਚੈਲੰਜ ਕਰ ਰਹੇ ਨੇ ਲੇਕਿਨ ਕਸ਼ਮੀਰੀ ਮੁਸਲਮਾਨ ਲੜ ਰਹੇ 7 ਲੱਖ ਫੌਜ ਕਸ਼ਮੀਰ ਦੇ ਵਿੱਚ ਹੈ ਉਹਨਾਂ ਦੇ ਛੋਟੇ ਛੋਟੇ ਬੱਚੇ ਬੱਚੀਆਂ ਸਕੂਲ ਗੋਇੰਗ ਆਜ਼ਾਦੀ ਆਜ਼ਾਦੀ ਉਹ ਟੈਂਕਾਂ ਨੂੰ ਭਾਵੇਂ ਵੱਟੇ ਮਾਰਦੇ ਨੇ ਵੱਟਾਂ ਕੋਈ ਨੁਕਸਾਨ ਨਹੀਂ ਕਰਦੇ ਪਰ ਇਹ ਸਪਿਰਿਟ ਹੈ ਇਸ ਗੱਲ ਦਾ ਧਿਆਨ ਰਹੇ ਗੁਲਾਮ ਉਹ ਬਣਦੇ ਜੋ ਗੁਲਾਮ ਰਹਿਣਾ ਚਾਹੁੰਦੇ ਜੋ ਗੁਲਾਮ ਨਹੀਂ ਰਹਿਣਾ ਚਾਹੁੰਦੇ ਉਹਨੂੰ ਕੋਈ ਗੁਲਾਮ ਨਹੀਂ ਬਣਾ ਸਕਦੇ ਅੱਜ ਹਰ ਸਿੱਖ ਬੱਚੇ ਬੱਚੀ ਦੇ ਅੰਦਰ ਹਰ ਸਿੰਘ ਸਿੰਘਣੀ ਦੇ ਅੰਦਰ ਇਹ ਸਪਿਰਿਟ ਹੋਣੀ ਚਾਹੀਦੀ ਹੈ ਬਾਰ ਬਾਰ ਆਪਣੇ ਆਪ ਨੂੰ ਦੁਹਰਾ ਰਾਜ ਕਰੇਗਾ ਖਾਲਸਾ ਪੜ੍ਹਨਾ ਕੋਈ ਰਿਚੁਅਲ ਨਹੀਂ ਸੀ ਜਿਸ ਸੋਵਰਨਿਟੀ ਦੀ ਗੱਲ ਦੇ ਥੱਲੇ ਅਸੀਂ ਇਹ ਰੈਲੀ ਕਰ ਰਹੇ ਹਾਂ ਸੋਵਰਨਿਟੀ ਪ੍ਰਭੂ ਸੱਤਾ ਨੂੰ ਕਹਿੰਦੇ ਨੇ ਆਮ ਜ਼ਬਾਨ 'ਚ ਬਾਦਸ਼ਾਹਤ ਨੂੰ ਕਹਿੰਦੇ ਨੇ ਅੱਜ ਦੇ ਇੰਟਰਨੈਸ਼ਨਲ ਲਾਅ 'ਚ ਆਪਣੀ ਕਿਸਮਤ ਆਪ ਘੜਨ ਦੇ ਹੱਕ ਨੂੰ ਕਹਿੰਦੇ ਨੇ ਅਤੇ ਜਿੱਦਣ ਤੁਸੀਂ ਇਹ ਕਿਸੇ ਦੇ ਹਵਾਲੇ ਕਰ ਦਿੰਦੇ ਹੋ 47 ਦੇ ਦੌਰ 'ਚ ਸਾਡੀ ਅਹਿਮਕ ਲੀਡਰਸ਼ਿਪ ਨੇ ਕੀਤਾ ਅੱਜ ਪੰਜਾਬ ਦੇ ਅੰਦਰ ਉਹ ਬਾਦਲ ਕੇ ਹੋਣ ਉਹ ਦਿੱਲੀ ਉਹਨਾਂ ਦੇ ਅੱਗੋਂ ਫੀਲੇ ਹੋਣ ਉਹਨਾਂ ਦੇ ਅੱਗੋਂ ਫੀਲੇ ਹੋਣ ਇਹ ਤਬਕਾ ਨਾਲ ਰਹਿਣਾ ਇਹਨਾਂ ਨੂੰ ਤੁਸੀਂ ਪ੍ਰਿਥੀ ਚੰਦੀਏ ਰਾਮ ਰਾਈਏ ਧੀਰਮਲੀਏ ਮੀਣੇ ਮਸੰਦ ਇਸ ਕੈਟਾਗਰੀ 'ਚ ਰੱਖ ਲਓ ਅਤੇ ਸਾਡਾ ਧਿਆਨ
ਉਸ ਸੰਤ ਸਿਪਾਹੀ ਖਾਲਸੇ ਵੱਲ ਜਾਏ ਜਿਹਨੇ ਗੁਲਾਮੀ ਨੂੰ ਨਹੀਂ ਕਬੂਲਿਆ ਹੋਇਆ। ਤੁਸੀਂ ਬਹੁਤ ਚੰਗਾ ਉੱਦਮ ਕੀਤੇ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ, ਔਰ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀਆਂ ਕੌਮਾਂ ਭੁੱਲਦੀਆਂ ਨੇ ਆਪਣੇ ਸ਼ਹੀਦਾਂ ਨੂੰ, ਆਪਣੇ ਇਤਿਹਾਸ ਨੂੰ, ਆਪਣੇ ਵਿਰਸੇ ਨੂੰ, ਹੌਲੀ 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 ਇਹੀ ਦੁਸ਼ਮਣ ਚਾਹੁੰਦੇ। ਜਦੋਂ ਦੁਸ਼ਮਣ ਭੁੱਲ ਜਾਓ ਦੀ ਗੱਲ ਕਰਦੇ, ਅਕਸਰ ਮੈਂ ਮਿਲਾਨ ਕੁੰਦਰਾ ਜਿਹੜਾ ਬਹੁਤ ਵੱਡਾ ਫ੍ਰੀਲੈਂਸ ਐਂਥਰੋਪੋਲੋਜਿਸਟ ਵੀ ਉਹਨੂੰ ਕਹਿੰਦੇ ਨੇ, ਰਿਬੈਲ ਵੀ ਕਹਿੰਦੇ ਨੇ, ਉਸਨੇ ਇੱਕ ਥਾਂ ਦੇ ਉੱਤੇ ਕਿ ਦਾ ਫਸਟ ਸਟੈਪ ਟੂਵਰਡਸ ਲਿਕੁਇਡੇਸ਼ਨ ਆਫ ਏ ਪੀਪਲ ਇਜ ਟੂ ਡਿਸਟਰੋਏ ਇਟਸ ਬੁੱਕਸ, ਇਟਸ ਕਲਚਰ, ਇਟਸ ਹਿਸਟਰੀ, ਦੈਨ ਹੈਵ ਸੰਬਡੀ ਟੂ ਰਾਈਟ ਨਿਊ ਬੁੱਕਸ, ਇਨਵੈਂਟ ਨਿਊ ਕਲਚਰ, ਕ੍ਰੀਏਟ ਨਿਊ ਹਿਸਟਰੀ। ਬਿਫੋਰ ਲੋਂਗ ਦੋਜ ਪੀਪਲ ਵਿਲ ਫਰਗੈਟ ਵਟ ਦੇ ਵਰ ਐਂਡ ਵਟ ਦੇ ਆਰ। ਦਾ ਹਿਸਟਰੀ ਇਜ਼ ਅਬਾਊਟ ਮੈਮਰੀ ਅਗੇਂਸਟ ਫਰਗੈਟਿੰਗ। ਕਿ ਪਹਿਲਾ ਸਟੈਪ ਕਿਸੇ ਵੀ ਲੋਕਾਂ ਨੂੰ, ਕਿਸੇ ਵੀ ਸਮਾਜ ਨੂੰ ਲਿਕੁਇਡੇਟ ਕਰਨ ਦਾ ਹੈ ਕਿ ਉਹਨਾਂ ਦੀਆਂ ਕਿਤਾਬਾਂ ਤਬਾਹ ਕਰ ਦਿਓ, ਇਤਿਹਾਸ ਤਬਾਹ ਕਰ ਦਿਓ, ਉਹਨਾਂ ਦੀ ਤਹਿਜ਼ੀਬ ਕਲਚਰ ਤਬਾਹ ਕਰ ਦਿਓ, ਫਿਰ ਨਵੀਆਂ ਕਿਤਾਬਾਂ ਲਿਖਾਓ, ਨਵੀਂ ਤਹਿਜ਼ੀਬ ਸਿਰਜੋ। ਸਮਾਂ ਪਾ ਕੇ ਉਹ ਲੋਕ ਭੁੱਲ ਜਾਣਗੇ ਕਿ ਉਹ ਕੀ ਸਨ ਅਤੇ ਕੀ ਬਣ ਗਏ ਨੇ। ਅਸਲੀ ਲੜਾਈ ਮੈਮਰੀ ਅਗੇਂਸਟ ਫਾਰਗੈਟਿੰਗ ਦੀ ਹੈ। ਔਰ ਐਗਜੈਕਟਲੀ ਸਾਡਾ ਦੁਸ਼ਮਣ ਜਦੋਂ ਨਵੇਂ ਸਿਲੇਬਸ ਲਿਖਦਾ, ਜਦੋਂ ਉੱਥੇ ਨਵੀਂ ਤਹਿਜ਼ੀਬ ਆ ਲਚਰਪੁਣੇ ਦੀ ਜੋ ਘੜੀ ਗਈ ਹੈ, ਜਿਹੜੇ ਸਾਡੇ ਵਿਰਸੇ ਨੂੰ ਭੁਲਾਉਣ ਦੀ ਲਾਈਨ ਹੈ, ਡਰੱਗ ਕਲਚਰ ਖੜਾ ਕੀਤਾ ਗਿਆ, ਸੋ ਉਹਨਾਂ ਨੇ ਤਾਂ ਚਾਣਕਿਆ ਨੀਤੀ ਦੇ ਸਾਰੇ ਹਥਿਆਰ ਛੋਪੇ ਹੋਏ ਨੇ। ਇਹ ਬਾਹਰ ਬੈਠੇ ਸਿੱਖਾਂ ਦੇ ਜ਼ਿੰਮੇ ਹੈ ਕਿ ਜਿੱਥੇ ਅਸੀਂ ਸ਼ਹੀਦਾਂ ਦੇ ਡੁੱਲੇ ਖੂਨ ਦਾ ਹੱਕ ਲੈਣ ਦੇ ਲਈ ਦੋ ਵੇਲੇ ਗੁਰੂ ਚਰਨਾਂ 'ਚ ਅਰਦਾਸ ਕਰਨੀ ਹੈ, ਉੱਥੇ ਆਪਣੇ ਫਰਜ਼ ਨੂੰ ਵੀ ਪਛਾਣਨਾ। ਸਿਰਫ ਵਿਸ਼ਫੁਲ ਥਿੰਕਿੰਗ ਕਿਤੇ ਲੈ ਕੇ ਨਹੀਂ ਜਾਂਦੀ। ਅਲਟੀਮੇਟਲੀ ਸਾਨੂੰ ਰਾਜ ਲੈਣ ਲਈ ਦਰਿਆਏ ਜਮਨਾ ਤੋਂ ਵਾਹਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਜਿਹੜਾ ਇੰਡੀਅਨ ਆਰਮੀ ਜੈਕਬੂਟ ਥੱਲੇ, ਉਹਨੂੰ ਲਿਬਰੇਟ ਕਰਵਾਉਣ ਦੇ ਲਈ ਸਾਰੇ ਹੀਲੇ ਕਰਨੇ ਪੈਣਗੇ। ਉਹ ਸ਼ਾਂਤਮਈ ਵੀ ਹੈ, ਉਹ ਬਾਈ ਮੀਨ ਬਾਈ ਵਟ ਐਵਰ ਮੀਨਸ, ਜਿਹਨੂੰ ਕਦੇ ਮੈਲਕਮ ਐਕਸ ਨੇ ਕਿਹਾ ਸੀ, ਔਰ ਸਾਡੇ ਦਸਵੇਂ ਪਾਤਸ਼ਾਹ ਦਾ ਇਹ ਫਰਮਾਨ ਸਾਡੇ ਉੱਤੇ ਹਮੇਸ਼ਾ ਹਮੇਸ਼ਾ ਦੇ ਲਈ ਲਾਜ਼ਮ ਹੁੰਦਾ, ਚੁੰਕਾਰ ਅਸ ਹਮਾ ਹੀਲ ਤੇ ਦਰਗੁਜ਼ਸਤ, ਹਲਾਲ ਅਸ ਬੁਰਦਨ ਬਾ ਸ਼ਮਸ਼ੀਰ ਦਸਤ। ਸਾਡਾ ਉਹਨਾਂ ਸਾਰੇ ਯੋਧਿਆਂ ਨੂੰ ਪ੍ਰਣਾਮ ਹੈ ਜਿਨ੍ਹਾਂ ਨੇ ਸ਼ਮਸ਼ੀਰ ਦਸਤ ਦੇ ਉੱਤੇ ਪਹਿਰਾ ਦਿੱਤਾ। ਸਾਡੀਆਂ ਮਨ ਦੀਆਂ ਨਜ਼ਰਾਂ ਸਾਹਮਣੇ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਅਤੇ ਉਹ ਦਰਜਨਾ ਹੋਰ ਨੌਜਵਾਨ ਸਿੰਘ ਜਿਹੜੇ ਨੌਜਵਾਨੀ 'ਚ ਆਏ, ਉਹਨਾਂ ਨੇ ਆਪਣੀ ਵਿਲ ਕਮਜ਼ੋਰ ਨਹੀਂ ਕੀਤੀ। ਅੱਜ ਵੀ ਜਦੋਂ ਭਾਈ ਜਗਤਾਰ ਸਿੰਘ ਹਵਾਰਾ, ਬੇਸ਼ੱਕ ਉਹਨਾਂ ਨੂੰ ਟੈਲੀਕਾਨਫਰੰਸ ਰਾਹੀਂ ਉਸ ਵਿਜੂਅਲ ਲਾਈ ਲਿਆਂਦਾ ਜਾਂਦਾ, ਪੈਰਾਂ 'ਚ ਬੇੜੀਆਂ ਨੇ, ਹੱਥਾਂ 'ਚ ਹੱਥਕੜੀਆਂ ਨੇ, ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਲ ਉਹ ਜੱਜ ਨੂੰ ਸੰਬੋਧਨ ਕਰਦੇ ਨੇ। ਇਹ ਹੈ ਵਿਲ। ਜਦੋਂ ਤੱਕ ਇਸ ਧਰਤੀ 'ਤੇ ਇੱਕ ਵੀ ਸਿੱਖ ਜਿਉਂਦਾ ਜਿਹੜਾ ਬਾਂਹ ਖੜੀ ਕਰਕੇ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ, ਕੌਮ ਨੂੰ ਕੋਈ ਗੁਲਾਮ ਨਹੀਂ ਬਣਾ ਸਕਦਾ। ਸਮਾਂ ਸੀਮੇ, ਔਰ ਮੈਂ ਸ਼ੁਕਰਗੁਜ਼ਾਰ ਹਾਂ ਪ੍ਰਬੰਧਕਾਂ ਦਾ ਕਿ ਮੈਨੂੰ ਇਹਨਾਂ ਨੇ ਯਾਦ ਕੀਤਾ, ਮੈਂ ਹਾਜ਼ਰ ਹਾਂ। ਔਰ ਅੱਜ ਦਾ ਸਾਰਾ ਪ੍ਰੋਗਰਾਮ TV 84 ਜਿਹੜਾ ਕਿ ਲਗਭਗ 5.5 ਸਾਲ ਪਹਿਲਾਂ ਅਸੀਂ ਬੜੇ ਹੰਬਲ ਸਟਾਰਟ ਦੇ ਨਾਲ ਕੀਤਾ, ਅੱਜ ਗੁਰੂ ਦੀ ਬਖਸ਼ਿਸ਼ ਨਾਲ ਲੱਖਾਂ ਵਿਊਅਰਸ ਦੁਨੀਆ 'ਚ ਜਿਨ੍ਹਾਂ ਨੇ ਇਸ ਪੈਰੇਡ ਨੂੰ ਵੀ ਬਿਗਨਿੰਗ ਤੋਂ ਹੁਣ ਤੱਕ ਲਾਈਵ ਦੇਖਿਆ, ਇਹ ਸਾਰੇ ਹੀ ਤੁਹਾਡੀਆਂ ਡਿਵਾਈਸਿਸ ਦੇ ਉੱਤੇ ਰੋਕੂ, ਜਾਦੂ, IP ਬਾਕਸ, ਸਪੈਕਟਰਮ, ਬੈਲ 5 ਔਰ ਫੇਸਬੁੱਕ 'ਤੇ ਵੀ ਲਾਈਵ ਚੱਲਦੇ। ਔਰ ਅਸੀਂ ਬਹੁਤ ਵਾਰ ਸ਼ਿਕਾਇਤ ਕਰਦੇ ਹਾਂ ਸਾਡੀਆਂ ਖਬਰਾਂ ਨਹੀਂ ਲੱਗਦੀਆਂ, ਜਾਂ ਹਿੰਦੂਤਵੀ ਮੀਡੀਆ ਕੀ ਕਰ ਰਿਹਾ, ਜਸਟਿਨ ਟਰੂਡੋ ਦੀ ਵਿਜ਼ਿਟ ਵੇਲੇ ਕੀ ਕੀਤਾ।
ਪਰ ਸ਼ਿਕਾਇਤ ਨਾਲ ਗੱਲ ਨਹੀਂ ਬਣਦੀ ਹੈ ਜਦੋਂ ਤੱਕ ਅਸੀਂ ਇਸ ਗੱਲ ਨੂੰ ਨਹੀਂ ਸਮਝਾਂਗੇ ਕਿ ਅੱਜ ਦੀ ਲੜਾਈ ਦੇ ਵਿੱਚ ਮੀਡੀਆ ਇੱਕ ਬਹੁਤ ਪਾਵਰਫੁਲ ਵੈਪਨ ਹੈ ਅਤੇ ਜਿਹੜੇ ਵੀ ਵੀਰ ਮੈਂ ਕੋਈ ਆਪਣੀ ਐਡਵਰਟਾਈਜ਼ਮੈਂਟ ਲਈ ਨਹੀਂ ਆਇਆ ਜਿਹੜੇ ਪ੍ਰਿੰਟ ਮੀਡੀਆ ਰਾਹੀਂ ਸਰਵ ਕਰਦੇ ਨੇ ਜਿਹੜੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਸਰਵ ਕਰਦੇ ਨੇ ਸਭ ਦੀ ਮਦਦ ਕਰੋ ਅਦਰਵਾਈਜ਼ ਅਟੈਂਪਟ ਕਰਕੇ ਫਿਰ ਘਰੀ ਬਹਿਣ ਵਾਲੀ ਗੱਲ ਹੁੰਦੀ ਹੈ ਮੈਂ ਕਲੋਜ਼ਿੰਗ ਕਰਾਂ ਅਕਾਲ ਤਖਤ ਸਾਡਾ ਮਰਕਜ਼ ਹੈ ਚਾਰ ਸਦੀਆਂ ਪਹਿਲਾਂ ਉਹੀ ਅਕਾਲ ਤਖਤ ਜਿਸ ਦੇ ਪਹਿਲੀ ਵਾਰ ਪਾਈ ਨੱਥਾ ਅਤੇ ਅਬਦੁੱਲਾ ਨੇ ਲਾਈ ਜਦੋਂ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਛੇਵੇਂ ਪਾਤਸ਼ਾਹ ਨੇ ਪਹਿਨੀਆਂ ਉਸ ਦੋ ਤਲਵਾਰੀ ਬੱਧੀਆਂ ਇੱਕ ਮੀਰੀ ਦੀ ਇੱਕ ਪੀਰੀ ਦੀ ਇੱਕ ਅਜ਼ਮਤ ਦੀ ਇੱਕ ਰਾਜ ਦੀ ਇੱਕ ਰਾਖੀ ਕਰੇ ਵਜ਼ੀਰ ਦੀ ਪੱਗ ਤੇਰੀ ਕੀ ਜਹਾਂਗੀਰ ਦੀ ਉਹੀ ਅਕਾਲ ਤਖਤ ਆਰਮੀ ਦੀਆਂ ਗਨ ਸ਼ਾਟਸ ਥੱਲੇ ਸੀ ਜੂਨ 84 'ਚ ਅਤੇ ਖੰਡਰਾਤ ਬਣਾਏ ਅਕਾਲ ਤਖਤ ਦੀ ਤਾਬਿਆ 26 ਜਨਵਰੀ 1986 ਦਾ ਸਰਬੱਤ ਖਾਲਸਾ ਉਹਨਾਂ ਵੱਲੋਂ ਥਾਪੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਅਗਵਾਈ ਥੱਲੇ 5 ਮੈਂਬਰੀ ਪੰਥਕ ਕਮੇਟੀ ਅਤੇ 29 ਅਪ੍ਰੈਲ 1986 ਦਾ ਖਾਲਿਸਤਾਨ ਦਾ ਐਲਾਨਨਾਮਾ ਅੱਜ ਅਕਾਲ ਤਖਤ ਦਾ ਜਥੇਦਾਰ ਸਰਕਾਰੀ ਹੈ ਬਾਦਲ ਕਹਿ ਇਹ ਮਤਲਬ ਨਹੀਂ ਹੈ ਉਹ ਅਕਾਲ ਤਖਤ ਦਾ ਮਰਕਜ਼ ਸਾਨੂੰ ਖਾਲਿਸਤਾਨ ਦੀ ਸਟਰਗਲ ਦੇ ਲਈ ਉਹ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਝੰਡਾ ਚੁੱਕਿਆ ਅਸੀਂ ਉਸ ਝੰਡੇ ਨੂੰ ਬੁਲੰਦ ਰੱਖਣਾ 5 ਨਾਰੇ ਬੁਲੰਦ ਆਵਾਜ਼ ਵਿੱਚ ਅਕਾਲ ਤਖਤ ਦਾ ਧਿਆਨ ਧਰ ਕੇ ਸਨ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਨਰਲ ਸੁਬੇਗ ਸਿੰਘ ਭਾਈ ਅਮਰੀਕ ਸਿੰਘ ਅਤੇ ਉਹਨਾਂ ਸਾਰੇ ਯੋਧਿਆਂ ਦਾ ਧਿਆਨ ਧਰ ਕੇ 1.5 ਲੱਖ ਤੋਂ ਜ਼ਿਆਦਾ ਖਾਲਿਸਤਾਨ ਦੇ ਸੰਘਰਸ਼ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਧਿਆਨ ਧਰ ਕੇ ਅਤੇ ਅੱਜ ਵੀ ਜਿਹੜੇ ਪੰਜਾਬ ਦੀਆਂ ਜੇਲ੍ਹਾਂ ਦੇ ਅੰਦਰ ਕੈਦ ਹੁੰਦਿਆਂ ਹੋਇਆਂ ਵੀ ਬੁਲੰਦ ਚੜ੍ਹਦੀ ਕਲਾ 'ਚ ਨੇ ਉਹਨਾਂ ਦਾ ਧਿਆਨ ਧਰ ਕੇ 5 ਬੁਲੰਦ ਨਾਰੇ ਤਾਂ ਕਿ ਭਾਰਤੀ ਹਕੂਮਤ ਉਹਨਾਂ ਦਾ ਇੱਥੋਂ ਦਾ ਕੌਂਸਲੇਟ ਅਤੇ ਉਹਨਾਂ ਦੇ ਟੌਂਟ ਬਟੌਂਟ ਦੁਮ ਛੱਲੇ ਜਿਹੜੇ ਚਾਰ ਚਫੇਰੇ ਜਿਹੜੇ ਨੇ ਉਹ ਟ੍ਰੈਂਡ ਰਹਿ ਕਰਦੇ ਫਿਰਦੇ ਨੇ ਉਹਨਾਂ ਨੂੰ ਇਹ ਮੈਸੇਜ ਮਿਲੇ ਕਿ ਖਾਲਸਾ ਵਚਨਬੱਧ ਹੈ ਦ੍ਰਿੜ ਹੈ ਕੌਮੀ ਨਿਸ਼ਾਨੇ ਦੇ ਲਈ ਅਕਾਲ ਤਖਤ ਤੋਂ ਆਈ ਆਵਾਜ਼ 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 ਕਿਸੇ ਵੀ ਭੁੱਲ ਚੁੱਕ ਲਈ ਮੁਆਫ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ